आजकल शादी को पवित्र बंधन ना समझकर एक खेल समझा जा रहा है। कहीं सिर्फ दहेज के लिए शादी की जाती है तो कहीं लड़की की कमाई को देखकर, लेकिन परेशानी का सामना हमेशा औरत को ही उठाना पड़ता है। ऐसा ही एक और मामला सामने आया नाभा के गांव महस से, जहां पति की करतूतों से तंग आकर पत्नी बलजीत कौर ने मौत को गले लगा लिया। ਲਾਂਦੀ ਮੇਰੀ ਸਿਸਟਰ ਦੀ ਮੈਰਿਜ ਹੋ ਗਈ ਸੀ ਜੀ। ਉਸ ਤੋਂ ਬਾਅਦ ਕਾਫੀ ਚਿਰਾਂ ਤੋਂ ਮੇਰੇ ਜੀਜੇ ਜੀ ਦੇ ਕਿਸੇ ਨਜਾਇਜ਼ ਮਤਲਬ ਲੜਕੀ ਨਾਲ ਸੰਬੰਧ ਸੀ, ਜਿਸ ਕਾਰਨ ਮੇਰੇ ਜੀਜਾ ਜੀ ਮਤਲਬ ਕਿ ਮੇਰੀ ਸਿਸਟਰ ਨੂੰ ਤੰਗ ਕਰਦੇ ਰਹਿੰਦੇ ਸੀ, ਮਤਲਬ ਦੂਸਰੀ ਔਰਤ ਕੋਲ ਜਾਣ ਲਈ ਜੀ। ਅਤੇ ਉਸ ਤੋਂ ਤੰਗ ਆ ਕੇ ਮੇਰੇ ਮਤਲਬ ਸਿਸਟਰ ਨੇ ਆਤਮ ਹੱਤਿਆ ਕਰ ਲਈ। ਹਾਲ ਹੋ ਗਏ ਸਾਨੂੰ ਮਤਲਬ ਘਰ ਵੀ ਨਹੀਂ ਆਉਣ ਦੇ ਰਿਹਾ ਜੀ, ਜੇ ਆਉਂਦੇ ਹਾਂ ਤਾਂ ਸਾਨੂੰ ਝਿੜਕਦੇ ਨੇ ਜੀ। ਇਹ ਫਿਰ ਬੈਲਟ ਨਾਲ ਰਸਤੇ 'ਚ ਕੁੱਟਦਾ ਸੀ, ਜੇ ਕੁੜੀ ਪੇਕਿਆਂ ਦੇ ਆ ਜਾਂਦੀ ਸਵੇਰੇ ਉੱਥੇ ਦਵਾਈ ਲੈ ਕੇ ਜਾਂਦਾ ਸੀ, ਆਪ ਖਾ ਕੇ ਮਰਦਾ ਸੀ। ਫਿਰ ਵੀ ਕਹਿੰਦਾ ਮੈਂ ਤੈਨੂੰ ਨਹੀਂ ਰੱਖਣਾ, ਸਾਹਮਣੇ ਕਰ ਦਿਓ, ਤੇ ਜਾਂ ਇਹਨੂੰ ਸਾਹਮਣੇ ਕਰਦਾ ਸੀ ਉਸੇ ਚ ਖਿਆ ਚ ਇਹਨੂੰ ਚਾੜਾਂਗੇ। ਬਥੇਰਾ ਕੁੜੀ ਨੂੰ ਮਾਰਦਾ ਕੁੱਟਦਾ ਰਿਹਾ ਹੈਗਾ ਤੇ ਹੁਣ ਟੀਕੇ ਲਾ ਲਾ ਕੇ ਜ਼ਹਿਰ ਦੇ ਫੇਰ ਮਾਰਿਆ ਸਾਡੀ ਕੁੜੀ ਨੂੰ। ਸਾਡੀ ਕੁੜੀ ਨਹੀਂ ਸੀ ਮਰਦੀ,